बिल्कुल रोंग हैगा जी, गलत हैगा। जिहड़ा कोई क्रैशर वाला उन्हां नूं गुंडा टैक्स नहीं दिंदा है। मैं डीसी साहब नाल खुली चर्चा करके आया कि साडी जिहड़ी इत्थे दी मैन जिला अफसर है जिहड़ा क्रैशर कोई गुंडा दिंदा उहदे चक्क उत्थे बैठे ने मोहाली तों क्रैशर सी किसी दे परचा मगर वह पूरी मदद कर रही है। मैं इनू कह के डी सी साहब कि इनू भेजो कि सी बी आई इस मैडम की इनकुआरी कराओ, चाहे एक्शन साहब भी है वो भी इनकुआरी होनी चाहिए है कि अफसर मिलकर गुंडा टैक्स चलवा रहे कि होर जो जो मर्जी हो मेरे रोपड़ विधानसभा के हल्के काम मैं नहीं होना। डी सी साहब एक जी चीज़ है कुर्सी है जो बंदा 50 किलो वाला बैठा वजन चलने वाला हो तो 3-4 क्विंटल का वजन कुर्सी टुटूंगी टुटूंगी है, इस करके सड़क टुट जाए। कृपा करके साड़ी सड़कों को बचाओ, बड़ी मुश्किल नाल असीं सरकार तो सड़क बनाई हैं। जे कोई मैनू जानकारी है कोई पुलिस मुलाजम कहिंदे पैसे लैके ओवरलोड ट्रक करवाउंदा जां कोई होर करवाउंदा, मैं उहदे खिलाफ बिल्कुल चलांगा। हुण इत्थे ओवरलोड ना ट्रक नहीं चलूंगा, इहनां गुंडापाती चलणगे। ਜ਼ਿਲ੍ਹਾ ਰੂਪਨਗਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਗੁੰਡਾ ਪਰਚੀ ਦਾ ਮਸਲਾ ਜੋ ਕਿ ਬੜੀ ਤੇਜ਼ੀ ਨਾਲ ਉੱਭਰਦਾ ਜਾ ਰਿਹਾ ਹੈ। ਇਹ ਮਸਲਾ ਜੋ ਕਿ ਸਰਕਾਰ ਹੀ ਨਹੀਂ ਬਲਕਿ ਪ੍ਰਸ਼ਾਸਨ ਦੀ ਵੀ ਗਲੇ ਦੀ ਹੱਡੀ ਬਣਿਆ ਹੋਇਆ, ਜਿਸ ਨੂੰ ਲੈ ਕੇ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਵੱਲੋਂ ਵੱਖ ਵੱਖ ਕਦਮ ਚੁੱਕੇ ਜਾ ਰਹੇ ਨੇ। ਬੀਤੇ ਦਿਨੀ ਗੁੰਡਾ ਪਰਚੀ ਨੂੰ ਬੰਦ ਕਰਵਾਇਆ ਗਿਆ, ਸੀ ਬੀ ਆਈ ਜਾਂਚ ਦੇ ਹੁਕਮ ਕੀਤੇ ਗਏ, ਉਸ ਤੋਂ ਬਾਅਦ ਵੀ ਸੂਤਰਾਂ ਤੋਂ ਪਤਾ ਚੱਲਿਆ ਕਿ ਗੁੰਡਾ ਪਰਚੀ ਦਾ ਮਸਲਾ ਅਜੇ ਵੀ ਹੱਲ ਨਹੀਂ ਹੋਇਆ। ਗੁੰਡਾ ਪਰਚੀ ਅਜੇ ਵੀ ਵਸੂਲੀ ਜਾ ਰਹੀ ਹੈ, ਉਹਨਾਂ ਨੇ ਆਪਣਾ ਤਰੀਕਾ ਬਦਲਿਆ ਹੈ, ਜਿਸ ਨੂੰ ਲੈ ਕੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹਨਾਂ ਵੱਲੋਂ ਕ੍ਰੈਸ਼ਾਂ ਉੱਤੇ ਬੈਠ ਕੇ ਗੁੰਡਾ ਪਰਚੀ ਵਸੂਲੀ ਜਾ ਰਹੀ ਹੈ, ਜਿਸ ਨੂੰ ਲੈ ਕੇ ਬੀਤੇ ਦਿਨੀ ਹਲਕਾ ਵਿਧਾਇਕ ਸਰਦਾਰ ਅਮਰਜੀਤ ਸਿੰਘ ਸੰਧੂਆਂ ਵੱਲੋਂ ਵੀ ਤਿੱਖਾ ਐਕਸ਼ਨ ਲਿਆ ਗਿਆ। ਉਹਨਾਂ ਵੱਲੋਂ ਇੱਕ ਮਾਈਨਿੰਗ ਅਧਿਕਾਰੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਗਏ, ਉਸ ਤੋਂ ਬਾਅਦ ਉਹਨਾਂ ਵੱਲੋਂ ਇਸ ਚੀਜ਼ ਦਾ ਪਿੱਛਾ ਕਰਦੇ ਹੋਏ ਅੱਜ ਫਿਰ ਤੋਂ ਮੁੜ ਤੋਂ ਕਾਰਵਾਈ ਪੰਜਾਬ ਵਿੱਚ ਲਿਆਂਦੀ ਗਈ ਹੈ। ਆਓ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਇਸ ਮਸਲੇ ਨੂੰ ਲੈ ਕੇ ਕਿਵੇਂ ਦੇਖਿਆ ਗਿਆ ਅਤੇ ਕੀ ਕਾਰਵਾਈ ਕੀਤੀ ਗਈ ਹੈ। ਮਿਲੇ ਸੀ ਉਹਨਾਂ ਨੇ ਦੱਸਿਆ ਸੀ ਆ ਕੇ ਕਿ 3-4 ਦਿਨ ਤੋਂ ਦੁਬਾਰਾ ਜਿਹੜਾ ਗੁੰਡਾ ਪਰਚੀ ਵਾਲੇ ਲੋਕ ਹੈਗੇ ਹੈ ਉਹ ਦੁਬਾਰਾ ਕ੍ਰੈਸ਼ਰਾਂ 'ਤੇ ਜਾ ਕੇ ਕੰਡਿਆਂ ਦੀ ਬਜਾਏ ਉਹ ਕ੍ਰੈਸ਼ਰਾਂ 'ਤੇ ਜਾ ਕੇ ਬਹਿ ਗਏ ਹੈ ਅਤੇ ਗੁੰਡਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ। ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਅੱਜ ਡੀ ਸੀ ਸਾਹਿਬ ਨਾਲ ਇਸ ਵਿਸ਼ੇ 'ਤੇ ਗੱਲ ਕਰਕੇ ਆਇਆ ਕਿ ਡੀ ਸੀ ਸਾਹਿਬ ਜਦੋਂ ਸੀ ਬੀ ਆਈ ਦੀ ਇਨਕੁਆਇਰੀ ਚੱਲਦੀ ਹੈ ਗੁੰਡਾ ਟੈਕਸ ਬੰਦ ਕਰਾ ਦਿੱਤਾ ਹੈ ਠੀਕ ਹੈ, ਹੁਣ ਗੁੰਡਾ ਟੈਕਸ ਵਾਲੇ ਕਿਉਂ ਉੱਥੇ ਜਾ ਕੇ ਕ੍ਰੈਸ਼ਰਾਂ 'ਤੇ ਗੁੰਡਾ ਟੈਕਸ ਦੀ ਵਸੂਲੀ ਕਰਦੇ? ਸਭ ਤੋਂ ਵੱਡੀ ਗੱਲ ਜਿਹੜੇ ਸਾਡੀਆਂ ਪੰਚਾਇਤਾਂ ਦੇ ਕੰਮ ਕਰਦੇ ਆ ਲੋਕ ਇੱਥੇ ਦੇ ਕੰਮ ਕਰਦੇ ਉਹਨਾਂ ਤੋਂ ਵੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਇਹ ਵੀ ਮਸਲਾ ਬਹੁਤ ਵੱਡਾ ਸੀ ਕਿ ਪੰਚਾਇਤਾਂ ਦੇ ਕੰਮ ਹੈ ਉਹਦੇ ਰੇਟ ਜੋ ਵੀ ਹੁੰਦੇ ਤੇ ਹੈ ਸਰਕਾਰ ਵੱਲੋਂ ਰੇਤਾ ਵੇਰੀ ਦੇ ਕੀਤੇ ਹੁੰਦੇ ਹੈ ਠੀਕ ਹੈ ਜੀ, ਉਹਨਾਂ ਤੋਂ ਵੀ ਵਸੂਲਦੇ ਹੈ, ਫਿਰ ਸਾਡੇ ਲੋਕਾਂ ਨਾਲ ਜਿਹਨਾਂ ਨੇ ਮਕਾਨ ਬਣਾਉਣਾ ਉਹਨਾਂ ਤੋਂ ਵੀ ਵਸੂਲਦੇ ਹੈਗੇ। ਬਿਲਕੁਲ ਰੋਂਗ ਹੈਗਾ, ਗਲਤ ਹੈਗਾ। ਜਿਹੜਾ ਕੋਈ ਕ੍ਰੈਸ਼ਰ ਵਾਲਾ ਉਹਨਾਂ ਨੂੰ ਗੁੰਡਾ ਟੈਕਸ ਨਹੀਂ ਦਿੰਦਾ ਹੈ। ਮੈਂ ਡੀ ਸੀ ਸਾਹਿਬ ਨਾਲ ਖੁੱਲ੍ਹੀ ਚਰਚਾ ਕਰਕੇ ਆਇਆ ਕਿ ਸਾਡੀ ਜਿਹੜੀ ਇੱਥੇ ਦੀ ਮੈਨ ਜ਼ਿਲ੍ਹਾ ਅਫਸਰ ਹੈ ਸਿਮਰਜੀਤ ਢਿੱਲੋਂ, ਕਿਆ ਨਾਂ ਉਹਦਾ, ਇਸ ਤਰ੍ਹਾਂ ਦਾ ਕੁਛ ਨਾਂ ਹੈਗਾ, ਉਹ ਜਾ ਕੇ ਜਿਹੜੇ ਗੁੰਡਾ ਪਰਚੀ ਵਾਲੇ ਉਹਦੇ ਨਾਲ ਮਿਲੀ ਹੋਈ ਹੈ, ਉਹਦੇ ਮਾਲਕਾਂ ਨਾਲ ਮਿਲੀ ਹੋਈ ਹੈ। ਜਿਹੜਾ ਕ੍ਰੈਸ਼ਰ ਕੋਈ ਗੁੰਡਾ ਦਿੰਦਾ ਉਹਦੇ ਚੱਕ ਉੱਥੇ ਬੈਠੇ ਨੇ ਮੋਹਾਲੀ ਤੋਂ ਕ੍ਰੈਸ਼ਰ ਸੀ ਕਿਸੇ ਦੇ ਪਰਚਾ ਮਗਰ ਉਹ ਪੂਰੀ ਮਦਦ ਕਰ ਰਹੀ ਹੈ। ਮੈਂ ਇਹਨੂੰ ਕਹਿ ਕੇ ਡੀ ਸੀ ਸਾਹਿਬ ਨੂੰ ਕਿ ਇਹਨੂੰ ਭੇਜੋ ਕਿ ਸੀ ਬੀ ਆਈ ਇਸ ਮੈਡਮ ਦੀ ਇਨਕੁਆਇਰੀ ਕਰਾਵਾ, ਚਾਹੋ ਐਕਸ਼ਨ ਸਾਹਿਬ ਵੀ ਹੈ ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹ ਅਫਸਰ ਮਿਲ ਕੇ ਗੁੰਡਾ ਟੈਕਸ ਚਲਵਾ ਰਹੇ। ਦੂਸਰੀ ਗੱਲ ਮੈਂ ਉਹਨਾਂ ਨੂੰ ਕਹਿ ਦਿੱਤਾ ਡੀ ਸੀ ਸਾਹਿਬ ਨੂੰ ਖੁੱਲ੍ਹ ਕੇ ਕਹਿ ਕੇ ਆਇਆ ਕਿ ਹੋਰ ਜਦੋਂ ਜੋ ਮਰਜ਼ੀ ਹੋਵੇ ਮੇਰੇ ਰੋਪੜ ਵਿਧਾਨ ਸਭਾ ਦੇ ਹਲਕੇ ਵਿੱਚ ਇਹ ਕੰਮ ਮੈਂ ਨਹੀਂ ਹੋਣ ਦੇਣਾ, ਹੁਣ ਨਾ ਚੱਲਣ ਦੇਣਾ ਹੈ ਠੀਕ ਹੈ ਜੀ। ਮੈਂ ਤੁਹਾਨੂੰ ਅਪੀਲ ਕਰਕੇ ਆਇਆ ਕਿ ਭਾਈ ਇਹ ਕੰਮ ਨਹੀਂ ਚੱਲਣਾ ਹੈਗਾ, ਮੈਨੂੰ ਜਿੱਥੇ ਤੱਕ ਮਰਜ਼ੀ ਜਾਣਾ ਬਾਬਾ, ਤੁਸੀਂ ਜੋ ਮਰਜ਼ੀ ਜ਼ਿਲ੍ਹੇ ਕਰੋ, ਮੈਨੂੰ ਨਹੀਂ ਪਤਾ ਜ਼ਿਲ੍ਹੇ ਦੇ ਮਾਲਕ ਹੈ ਡੀ ਸੀ ਸਾਹਿਬ ਠੀਕ ਹੈ ਜੀ, ਪਰ ਰੋਪੜ ਹਲਕੇ 'ਚ ਨਹੀਂ ਮੈਂ ਹੁਣ ਇਹ ਕੰਮ ਕਰਨ ਦੇਣਾ, ਖੜਾਂਗਾ ਲੋਕਾਂ ਦੇ ਨਾਲ। ਲੋਕ ਬਹੁਤ ਪਰੇਸ਼ਾਨ ਹੈਗੇ ਆ, ਆਪਾਂ ਵੀ ਪਰੇਸ਼ਾਨ ਹੈਗੇ ਇਸ ਚੀਜ਼ 'ਤੇ, ਇਸ ਕਰਕੇ ਮੈਂ ਲੋਕਾਂ ਦੀ ਆਵਾਜ਼ ਕ੍ਰੈਸ਼ਰਾਂ ਦੀ ਆਵਾਜ਼ ਲੈ ਕੇ ਉੱਥੇ ਗਿਆ। ਤਾਂ ਦੂਸਰੀ ਗੱਲ, ਓਵਰਲੋਡ ਟਿੱਪਰ ਚੱਲਦੇ ਹੈ, ਟਿੱਪਰ ਚੱਲਦੇ ਬੜੇ ਬੜੇ ਫੁੱਲ ਮਤਲਬ ਬਾਡੀ ਦੇ ਉੱਪਰ ਟਿੱਪਰਾਂ ਦਾ ਮਾਲ ਭਰਿਆ ਹੁੰਦਾ ਉਹਨਾਂ ਨੇ। ਸਾਡੀਆਂ ਜਿਹੜੀਆਂ ਸੜਕਾਂ ਹੈ ਮੈਨੂੰ ਪਤਾ ਕਿੰਨੇ ਜ਼ੋਰ ਨਾਲ ਅਸੀਂ ਵਿਧਾਨ ਸਭਾ 'ਚ ਮੁੱਦੇ ਠਾ ਠਾ ਕੇ ਸੀ ਐੱਮ ਸਾਹਿਬ ਨੂੰ ਕਹਿ ਕੇ ਮਨਪ੍ਰੀਤ ਬਾਦਲ 'ਤੇ ਵੀ ਸ਼ਾਇਦ ਮੈਂ ਬੁਰਾ ਵਿਆ ਹੋਇਆ ਇਸ ਕੇਸ ਵਿੱਚ ਕਿ ਸਾਡੀਆਂ ਸੜਕਾਂ ਬਣਾਓ ਕਿ ਭਾਈ ਅਸੀਂ ਟੈਕਸ ਨਹੀਂ ਦਿੰਦੇ ਆ, ਹੁਣ ਇਹ ਸੜਕਾਂ ਟੁੱਟ ਜਾਣੀਆਂ ਨੇ। ਇਹ ਸੜਕਾਂ ਤਾਂ ਛੋਟੀਆਂ ਐਂ ਵਜਨ ਝੱਲਣ ਜੋਗੀਆਂ, ਇਹ ਕੋਈ ਓਵਰਲੋਡ ਟਰੱਕਾਂ ਦੀਆਂ ਨਹੀਂ, 80 ਟਨ ਵਾਲੀਆਂ ਸੜਕਾਂ ਨਹੀਂ ਹੈਗੀਆਂ ਸਾਡੀਆਂ ਬਣੀਆਂ ਵਾ। ਇਹ ਸੜਕਾਂ ਤਾਂ ਦੁਨੀਆਂ ਆਮ ਨੋਰਮਲ ਸੜਕਾਂ ਹੈ ਜਿਹੜੀਆਂ ਛੋਟੀਆਂ ਵਜਨ ਜਿਹੜੇ ਆਪਣੇ ਪਿੰਡਾਂ ਵਾਲੀਆਂ ਜਾਂ ਆਪਣੇ ਛੋਟੇ ਸ਼ਹਿਰ ਵਾਲੀਆਂ ਵਜਨ ਢੋਆਈ ਢੋਆਈ ਜਾਣੀਆਂ 10-20 ਟਨ ਵਾਲੀਆਂ ਸੜਕਾਂ ਹੈ। ਹੁਣ ਇਹਨਾਂ 'ਤੇ 80 ਟਨ ਮਲ ਜਾਊਂਗੇ ਤਾਂ ਸੜਕਾਂ ਟੁੱਟ ਜਾਣੀਆਂ, ਇਹਨਾਂ 6 ਮਹੀਨੇ ਨਿਕਲਣੇ।
ਆਪਾਂ ਸੜਕਾਂ ਦੇ ਪਿੱਛੇ ਤਾਂ ਮੈਨੂੰ ਪਤਾ ਕਿੰਨੇ ਸਾਡੇ ਲੋਕ ਪਰੇਸ਼ਾਨ ਹੋਏ, ਕਿੰਨੀਆਂ ਸਾਡੀਆਂ ਸੜਕਾਂ ਟੁੱਟੀਆਂ ਰਹੀਆਂ। ਮੈਂ ਡੀਸੀ ਸਾਹਿਬ ਨੂੰ ਸਾਰਾ ਕੁਝ ਦੱਸ ਕੇ ਆਇਆ ਹੈ ਕਿ ਡੀਸੀ ਸਾਹਿਬ ਇੱਕ ਜਿਹੜੀ ਚੀਜ਼ ਹੈ ਕੁਰਸੀ ਹੈ ਉਹਦੇ 'ਚ ਬੰਦਾ 50 ਕਿਲੋ ਵਾਲਾ ਬੈਠਾ ਵਜ਼ਨ ਝੱਲਣੇ ਵਾਲਾ ਹੋਵੇ ਉਹਦੇ 3-4 ਕੁਇੰਟਲ ਦਾ ਵਜ਼ਨ ਨਾਲ ਕੁਰਸੀ ਟੁੱਟੂਗੀ ਟੁੱਟੂਗੀ ਹੈ। ਇਸ ਕਰਕੇ ਸੜਕਾਂ ਟੁੱਟ ਜਾਣੀਆਂ ਸਾਡੀਆਂ। ਕਿਰਪਾ ਕਰਕੇ ਸਾਡੀਆਂ ਸੜਕਾਂ ਨੂੰ ਬਚਾਓ। ਬੜੀ ਮੁਸ਼ਕਲ ਨਾਲ ਅਸੀਂ ਸਰਕਾਰ ਤੋਂ ਸੜਕਾਂ ਬਣਾਈਆਂ ਹੈ, ਸਾਨੂੰ ਪਤਾ ਜੇ ਸਾਡੇ ਰੱਬ ਨੂੰ ਪਤਾ ਜਿੰਨਾ ਜ਼ੋਰ ਲਾਇਆ ਅਸੀਂ ਜਾ ਕੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ, ਮੰਤਰੀ ਸਾਹਿਬ ਨੂੰ ਕਿੰਨਾ ਜਲੀਲ ਕਰ ਕਰਕੇ ਉਹਨੂੰ ਪੈਸੇ ਲਏ ਕਿ ਸਾਡੀਆਂ ਸੜਕਾਂ ਭਾਈ ਬਣਾਓ। ਹੈਂ ਕਿੰਨੇ ਅਸੀਂ ਔਖਾ ਹੋ ਕੇ ਸੜਕਾਂ ਬਣਾਈਆਂ, ਇਸ ਕਰਕੇ ਅਸੀਂ ਇਹ ਸੜਕਾਂ ਨਹੀਂ ਟੁੱਟਣ ਦੇਣੀਆਂ। ਅਸੀਂ ਉਹ ਵੱਲੋਂ ਟਰੱਕ ਨਹੀਂ ਚੱਲਣ ਦੇਣੇ ਇੱਥੇ। ਜੇ ਕੋਈ ਮੈਨੂੰ ਜਾਣਕਾਰੀ ਹੈ ਕੋਈ ਪੁਲਿਸ ਮੁਲਾਜ਼ਮ ਕਹਿੰਦੇ ਪੈਸੇ ਲੈ ਕੇ ਓਵਰਲੋਡ ਟਰੱਕ ਟਰਵਾਉਂਦਾ ਹੈ ਜਾਂ ਕੋਈ ਹੋਰ ਟਰਵਾਉਂਦਾ, ਮੈਂ ਉਹਦੇ ਖਿਲਾਫ਼ ਬਿਲਕੁਲ ਚੱਲਾਂਗਾ। ਹੁਣ ਇੱਥੇ ਓਵਰਲੋਡ ਨਾ ਟਰੱਕ ਨਹੀਂ ਚੱਲੂੰਗੇ ਨਾ ਗੁੰਡਾ ਪਰਚੀ ਚੱਲਣ ਦੇਵਾਂਗਾ। ਮੈਨੂੰ ਜੋ ਵੀ ਕਰਨਾ ਪਏ ਮੈਂ ਉਸ ਹੱਦ ਤੱਕ ਜਾਵਾਂਗਾ। ਹੁਣ ਸਰ ਜਿਹੜਾ ਤੁਸੀਂ ਦੱਸਿਆ ਕਿ ਜਿਵੇਂ ਸੀਬੀਆਈ ਇਨਕੁਆਇਰੀ ਚੱਲੀ ਹੈ, ਉਸ ਤੋਂ ਬਾਅਦ ਵੀ ਗੁੰਡਾ ਪਰਚੀ ਵਾਲੇ ਆਪਣੇ ਕੰਮ ਤੋਂ ਟੜੇ ਨਹੀਂ, ਗੁੰਡਾ ਪਰਚੀ ਵਸੂਲ ਕਰੇ, ਕੀ ਲੱਗਦਾ ਇਸ ਵਿੱਚ ਕਿਸਦਾ ਹੱਥ ਹੈ, ਕਿਸਦੀ ਸ਼ਾਇਦ ਕੰਮ ਕਰ ਰਹੇ ਨੇ? ਦੇਖੋ ਮੈਂ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ। ਮੈਂ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਮੈਂ ਉਹਨਾਂ ਨੂੰ ਦੱਸ ਕੇ ਆਇਆ ਕਿ ਜਿਹੜਾ ਵੀ ਪ੍ਰਸ਼ਾਸਨ ਦਾ ਅਧਿਕਾਰੀ ਮਿਲਿਆ ਹੋਵੇ, ਦੇਖੋ ਪ੍ਰਸ਼ਾਸਨ ਦੇ ਬਿਨਾਂ ਗੁੰਡਾ ਟੈਕਸ ਨਹੀਂ ਲਾ ਸਕਦੇ, ਠੀਕ ਹੈ। ਉਹਨਾਂ ਦੇ ਕੋਈ ਵੀ ਅਧਿਕਾਰੀ ਜਿਸ ਮਰਜ਼ੀ, ਮੈਂ ਕਿਹਾ ਚਾਹੇ ਪੁਲਿਸ ਨਾਲ ਹੋਵੇ, ਚਾਹੇ ਮੈਨਿੰਗ ਵਿਭਾਗ ਦੇ ਅਫਸਰ ਹੋਣ, ਜਿਹੜਾ ਮਰਜ਼ੀ ਉਹਦੀ ਮਦਦ ਕਰ ਦੇਵਾ, ਅਸੀਂ ਉਹਦੇ ਖਿਲਾਫ਼ ਚੱਲਾਂਗੇ। ਅਸੀਂ ਆਪਣੇ ਹਲਕੇ ਦੇ ਜਿਹੜੇ ਕ੍ਰੈਸ਼ਰ ਮਾਲਕ ਹੈ, ਅਸੀਂ ਉਹਨਾਂ ਨੂੰ ਕਹਾਂਗੇ ਭਾਈ ਜਾਇਜ਼ ਜੀ ਮੈਨੇ ਕਰੋ, ਜੋ ਤੁਹਾਡਾ ਸਹੀ ਹੈ ਉਹੀ ਖੱਡ ਪੱਟੋ, ਔਰ ਉਹਦੇ ਵਿੱਚ ਜਾਇਜ਼ ਰੇਟਾਂ ਦੇ ਲੋਕਾਂ ਨੂੰ ਸਮਾਨ ਦਿਓ, ਲੋਕਾਂ ਦੀਆਂ ਜੇਬਾਂ ਨਾ ਕੱਟੋ, ਨਾ ਅਸੀਂ ਗੁੰਡਾ ਟੈਕਸ ਵਸੂਲਣ ਦੇਵਾਂਗੇ। ਜਦੋਂ ਕ੍ਰੈਸ਼ਰ ਵਾਲੇ ਕੀ ਕਰਨਗੇ, ਜਦੋਂ ਉਹਨਾਂ ਦੇ 5-6 ਰੁਪਏ ਰੈਲਟੀ ਲੈ ਰਹੇ ਹੈ ਤਾਂ ਉਹ ਪਿੱਛੇ ਦੇ ਵਿਚਾਰੇ ਕਿੱਥੇ ਦੇ ਭਰਨਗੇ? ਉਹ ਲੋਕਾਂ ਨੂੰ ਮਹਿੰਗਾ ਸਮਾਨ ਦੇਣਗੇ। ਇਸ ਕਰਕੇ ਅਸੀਂ ਜਿਹੜਾ ਆਪਣੇ ਇਲਾਕੇ ਵਿੱਚ ਰੋਪੜ ਵਿਧਾਨ ਸਭਾ ਹਲਕੇ, ਖਾਸ ਕਰਕੇ ਮੈਂ ਜ਼ਿਲ੍ਹੇ ਦੀ ਗਰੰਟੀ ਨਹੀਂ ਲੈਂਦਾ, ਕਿਉਂਕਿ ਜ਼ਿਲ੍ਹੇ ਦੇ ਮੰਤਰੀ ਸਾਹਿਬ ਬੈਠੇ ਆ, ਸਪੀਕਰ ਸਾਹਿਬ ਵੱਡੇ ਵੱਡੇ ਇੱਥੇ ਸਾਡੇ ਬੈਠੇ ਨੇਤਾ ਲੋਕ, ਉਹਨਾਂ ਨੇ ਆਪਣੇ ਹਲਕੇ ਦੇਖਣਾ। ਮੇਰੀ ਜ਼ਿੰਮੇਵਾਰੀ ਰੋਪੜ ਹਲਕੇ ਦੀ ਹੈ, ਲੋਕਾਂ ਨੇ ਜਿਹੜੀ ਰਾਏ ਵੀ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੀ ਖੂਬੀ ਨਾਲ ਨਿਭਾਵਾਂਗਾ, ਪੂਰੇ ਲੋਕਾਂ ਦੇ ਹੱਕ 'ਚ ਖੜਾਂਗਾ, ਆਵਾਜ਼ ਉਠਾਵਾਂਗਾ, ਜਿੰਨੀ ਵੀ ਤੇ ਲੜਾਈ ਹੋਏ ਮੈਂ ਲੜਾਂਗਾ। ਵੱਧ ਤੋਂ ਵੱਧ ਡੀ ਸੀ ਸਾਹਿਬ ਨੂੰ ਮਿਲੇ, ਉਹਨਾਂ ਵੱਲੋਂ ਕੀ ਆਊਟਪੁੱਟ ਦਿੱਤੀ ਗਈ? ਉਹਨਾਂ ਪੂਰਾ ਵਿਸ਼ਵਾਸ ਦਿੱਤਾ ਗਿਆ, ਉਹਨਾਂ ਨੇ ਅੱਜ ਇਨਕੁਆਇਰੀ ਵੀ ਲਾਤੀ ਵੀ ਮੈਂ ਚੈੱਕ ਕਰਨ ਲਈ ਸਾਰਾ ਕੁਛ, ਠੀਕ ਹੈ ਜੀ। ਜੋ ਵੀ ਬਾਕੀ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਆਇਆ ਹੈ, ਬੈਠ ਕੇ 1 ਘੰਟਾ ਸਾਡੀ ਮੀਟਿੰਗ ਚੱਲੀ ਹੈ, ਵਿਸਾਰ ਨਾਲ ਸਾਰੀਆਂ ਗੱਲਾਂ ਦੱਸੀਆਂ ਹੈ। ਮੈਂ ਜਿਸ ਤਰ੍ਹਾਂ ਵੀ ਦੱਸਿਆ ਵੀ ਜੇ ਤੋਂ ਉੱਤੇ ਨਹੀਂ ਹੈ ਮੈਂ ਤੁਹਾਡੇ ਨਾਲ ਫੜ ਜਾਵਾਂਗਾ, ਫੜਾਵਾਂਗਾ ਤੁਹਾਨੂੰ ਮਸ਼ੀਨਾਂ ਚਲਾਉਂਦਿਆਂ ਨੂੰ, ਗੁੰਡਾ ਟੈਕਸ ਵਾਲੇ ਮੈਂ ਫੜਾ ਸਕਦਾ ਹੈ ਵੀ ਸਾਰਾ ਕੁਛ ਹੈਗਾ ਹੈ ਵੀ ਆਪਾਂ ਫੜਾਂਗੇ ਉਹਨਾਂ ਨੂੰ। ਉਹਨਾਂ ਨਾਲ ਵਿਸਾਰ ਨਾਲ ਗੱਲ ਹੋਈ ਹੈ ਕਿ ਸਾਰਾ ਉਹਨਾਂ ਨੇ ਵਿਸ਼ਵਾਸ ਵੀ ਦਿੱਤਾ ਮੈਨੂੰ ਕਿ ਅਸੀਂ ਬੰਦ, ਮੈਂ ਕਿਹਾ ਜੀ ਰੋਪੜ ਜ਼ਿਲ੍ਹੇ ਰੋਪੜ ਹਲਕੇ 'ਚ ਬੰਦ ਕਰਾ ਦਿਓ ਸਾਡਾ ਇਹ ਜਿਹੜਾ ਕੰਮ ਚੱਲ ਰਿਹਾ। ਸੁਣਿਆ ਹਲਕਾ ਵਿਧਾਇਕ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਅਤੇ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਲੀਅਰ ਕਰਤੀ ਕਿ ਉਹ ਆਪਣੇ ਹਲਕੇ ਦੇ ਵਿੱਚ ਗੁੰਡਾ ਪਰਚੀ ਬਿਲਕੁਲ ਵੀ ਚੱਲਣ ਨਹੀਂ ਦੇਣਗੇ। ਜੇ ਕੋਈ ਗੁੰਡਾ ਪਰਚੀ ਲੈਂਦਾ ਫੜਿਆ ਗਿਆ ਤਾਂ ਉਸਦੇ ਖਿਲਾਫ਼ ਉਹ ਪੂਰੀ ਤਰੀਕੇ ਨਾਲ ਕਾਰਵਾਈ ਕਰਨਗੇ, ਚਾਹੇ ਉਹ ਪੁਲਿਸ ਦਾ ਅਧਿਕਾਰੀ ਹੀ ਕਿਉਂ ਨਾ ਹੋਵੇ। ਸੋ ਉਹਨਾਂ ਵੱਲੋਂ ਇਸ ਮਸਲੇ ਨੂੰ ਲੈ ਕੇ ਡੀ ਸੀ ਸਾਹਿਬ ਨੂੰ ਵੀ ਮਿਲਿਆ ਗਿਆ ਅਤੇ ਡੀ ਸੀ ਸਾਹਿਬ ਵੱਲੋਂ ਉਹਨਾਂ ਵੱਲੋਂ ਜੋ ਕਿ ਲੈਟਰ ਦਿੱਤਾ ਗਿਆ ਉਸ 'ਤੇ ਮਾਰਕ ਕਰਕੇ ਅਗਲੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਕੈਮਰਾਮੈਨ ਮਨੋਜ ਧਿਮਾਨ ਦੇ ਨਾਲ ਮੇਰਾ ਪੰਜਾਬ ਨਿਊਜ਼ ਤੋਂ ਦਿਨੇਸ਼ ਹਿਲਨ, ਨੂਰ ਪਵੇਦੀ, ਰੂਪਨਗਰ।